ਘਰ ਦੇ ਵਿੱਚ ਵੜੇ ਚੋਰਾਂ ਦਾ ਸ਼ਰੇਆਮ ਕੁਟਾਪਾ ਕੀਤਾ ਗਿਆ। ਦੱਸ ਦਈਏ ਕਿ ਅੱਧੀ ਰਾਤ ਨੂੰ ਦੋ ਚੋਰ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਮੂੰਹ ਇਹਨਾਂ ਦੇ ਬੰਨੇ ਹੋਏ ਹੁੰਦੇ ਨੇ। ਇੱਕ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਜਾਂਦਾ ਤੇ ਦੂਸਰਾ ਚੋਰ ਗਲੀ ਦੇ ਵਿੱਚ ਖੜਾ ਰਹਿੰਦਾ। ਪਰ ਅਚਾਨਕ ਹੀ ਪਹਿਲਾਂ ਜੋ ਅੰਦਰ ਵੜਿਆ ਚੋਰ ਹੁੰਦਾ ਇੱਕ ਘਰ ਦੇ ਵਿੱਚ ਜਾਂਦਾ ਤਾਂ ਉਸਨੂੰ ਕੁਝ ਨਹੀਂ ਮਿਲਦਾ ਤੇ ਨਾਲ ਵਾਲੀ ਕੰਧ ਟੱਪ ਕੇ ਉਹ ਦੂਸਰੇ ਘਰ ਦੇ ਵਿੱਚ ਹੇਠਾਂ ਉਤਰ ਜਾਂਦਾ। ਜਿਸ ਤੋਂ ਬਾਅਦ ਦੇ ਵਿੱਚ ਜੋ ਗਲੀ 'ਚ ਖੜਾ ਚੋਰ ਹੈ, ਹਾਲਾਂਕਿ ਉਹ ਮੌਕੇ ਦੀ ਤਲਾਸ਼ ਕਰ ਰਿਹਾ ਕਿ ਜੋ ਕੁਝ ਵੀ ਉਹ ਸਮਾਨ ਫੜਾਵੇਗਾ ਅੰਦਰੋਂ ਉਹ ਨਾਲ ਦੀ ਨਾਲ ਫੜੇਗਾ ਅਤੇ ਮੌਕੇ ਤੋਂ ਉਹ ਫਰਾਰ ਹੋ ਜਾਣਗੇ। ਪਰ ਕਿਤੇ ਨਾ ਕਿਤੇ ਇਹ ਸਕੀਮ ਉਹਨਾਂ ਦੀ ਉਹਨਾਂ 'ਤੇ ਹੀ ਪੁੱਠੀ ਪੈ ਗਈ, ਕਿਉਂਕਿ ਬਾਹਰ ਇੱਕ ਗਲੀ ਦੇ ਵਿੱਚ ਕਾਰ 'ਚ ਸਵਾਰ ਹੋ ਕੇ ਆਏ ਤਿੰਨ ਮੁੰਡਿਆਂ ਨੇ ਜੋ ਗਲੀ ਦੇ ਵਿੱਚ ਖੜਾ ਚੋਰ ਸੀ ਉਸਨੂੰ ਕਾਬੂ ਕਰ ਲਿਆ ਅਤੇ ਉਸਦੀ ਜੰਮ ਕੇ ਛੱਤਰ ਪਰੇਡ ਕੀਤੀ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਅਸਲ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਚੋਰ ਬਾਈਕ ਦੇ ਉੱਤੇ ਆਏ ਨੇ ਅਤੇ ਇੱਕ ਚੋਰ ਘਰ ਦੇ ਅੰਦਰ ਦਾਖਲ ਹੁੰਦਾ ਅਤੇ ਇੱਕ ਗਲੀ ਦੇ ਵਿੱਚ ਖੜਾ ਰਹਿੰਦਾ। ਪਰ ਅਚਾਨਕ ਹੀ ਗਲੀ ਦੇ ਵਿੱਚ ਜਦੋਂ ਹਲਚਲ ਹੁੰਦੀ ਹੈ, ਕਾਰ ਦੀ ਆਵਾਜ਼ ਆਉਂਦੀ ਹੈ ਤਾਂ ਜੋ ਬਾਹਰ ਖੜਾ ਚੋਰ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਗੱਡੀ ਦੇ ਵਿੱਚ ਖੜ੍ਹੇ ਜੋ ਮੁੰਡੇ ਨੇ ਉਹ ਗਲੀ ਦੇ ਵਿੱਚ ਹੀ ਖੜ੍ਹੇ ਰਹਿੰਦੇ ਨੇ, ਫੋਨ ਚਲਾ ਰਹੇ ਹੁੰਦੇ ਨੇ, ਪਰ ਅਚਾਨਕ ਹੀ ਜਦੋਂ ਉਹਨਾਂ ਦੀ ਗਲੀ ਦੇ ਵਿੱਚ ਖੜ੍ਹੇ ਚੋਰ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਉਸਨੂੰ ਉਹ ਕਾਬੂ ਕਰ ਲੈਂਦੇ ਨੇ। ਪਰ ਹੈਰਾਨੀ ਵਾਲੀ ਗੱਲ ਹੈ ਕਿ ਜੋ ਘਰ ਦੇ ਅੰਦਰ ਵੜਿਆ ਹੋਇਆ ਚੋਰ ਹੈ ਉਹ ਕਿੱਥੇ ਗਿਆ, ਹਾਲੇ ਤੱਕ ਉਸਦਾ ਕੁਛ ਵੀ ਪਤਾ ਨਹੀਂ ਚੱਲਿਆ। ਕਿਹਾ ਜਾ ਰਿਹਾ ਕਿ ਉਹ ਮੌਕੇ ਤੋਂ ਫਰਾਰ ਹੋ ਗਿਆ। ਪਰ ਜਿਵੇਂ ਹੀ ਜੋ ਬਾਹਰ ਖੜ੍ਹੇ ਚੋਰ ਦੀ ਕਟਾਈ ਕੀਤੀ ਗਈ ਤਾਂ ਕਲੋਨੀ ਦੇ ਹੋਰ ਵੀ ਲੋਕ ਉੱਠਦੇ ਨੇ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਅਤੇ ਪੁਲਿਸ ਮੌਕੇ ਦੇ ਉੱਤੇ ਆ ਕੇ ਇਸ ਚੋਰ ਨੂੰ ਕਾਬੂ ਕਰ ਲੈਂਦੀ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ। ਘਰ ਦੇ ਵਿੱਚ ਵੜੇ ਚੋਰਾਂ ਦਾ ਸ਼ਰੇਆਮ ਕੁਟਾਪਾ ਕੀਤਾ ਗਿਆ। ਦੱਸ ਦਈਏ ਕਿ ਅੱਧੀ ਰਾਤ ਨੂੰ ਦੋ ਚੋਰ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਮੂੰਹ ਇਹਨਾਂ ਦੇ ਬੰਨੇ ਹੋਏ ਹੁੰਦੇ ਨੇ। ਇੱਕ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਜਾਂਦਾ ਤੇ ਦੂਸਰਾ ਚੋਰ ਗਲੀ ਦੇ ਵਿੱਚ ਖੜਾ ਰਹਿੰਦਾ। ਪਰ ਅਚਾਨਕ ਹੀ ਪਹਿਲਾਂ ਜੋ ਅੰਦਰ ਵੜਿਆ ਚੋਰ ਹੁੰਦਾ ਇੱਕ ਘਰ ਦੇ ਵਿੱਚ ਜਾਂਦਾ ਤਾਂ ਉਸਨੂੰ ਕੁਝ ਨਹੀਂ ਮਿਲਦਾ ਤੇ ਨਾਲ ਵਾਲੀ ਕੰਧ ਟੱਪ ਕੇ ਉਹ ਦੂਸਰੇ ਘਰ ਦੇ ਵਿੱਚ ਹੇਠਾਂ ਉਤਰ ਜਾਂਦਾ। ਜਿਸ ਤੋਂ ਬਾਅਦ ਦੇ ਵਿੱਚ ਜੋ ਗਲੀ 'ਚ ਖੜਾ ਚੋਰ ਹੈ, ਹਾਲਾਂਕਿ ਉਹ ਮੌਕੇ ਦੀ ਤਲਾਸ਼ ਕਰ ਰਿਹਾ ਕਿ ਜੋ ਕੁਝ ਵੀ ਉਹ ਸਮਾਨ ਫੜਾਵੇਗਾ ਅੰਦਰੋਂ ਉਹ ਨਾਲ ਦੀ ਨਾਲ ਫੜੇਗਾ ਅਤੇ ਮੌਕੇ ਤੋਂ ਉਹ ਫਰਾਰ ਹੋ ਜਾਣਗੇ। ਪਰ ਕਿਤੇ ਨਾ ਕਿਤੇ ਇਹ ਸਕੀਮ ਉਹਨਾਂ ਦੀ ਉਹਨਾਂ 'ਤੇ ਹੀ ਪੁੱਠੀ ਪੈ ਗਈ, ਕਿਉਂਕਿ ਬਾਹਰ ਇੱਕ ਗਲੀ ਦੇ ਵਿੱਚ ਕਾਰ 'ਚ ਸਵਾਰ ਹੋ ਕੇ ਆਏ ਤਿੰਨ ਮੁੰਡਿਆਂ ਨੇ ਜੋ ਗਲੀ ਦੇ ਵਿੱਚ ਖੜਾ ਚੋਰ ਸੀ ਉਸਨੂੰ ਕਾਬੂ ਕਰ ਲਿਆ ਅਤੇ ਉਸਦੀ ਜੰਮ ਕੇ ਛੱਤਰ ਪਰੇਡ ਕੀਤੀ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਅਸਲ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਚੋਰ ਬਾਈਕ ਦੇ ਉੱਤੇ ਆਏ ਨੇ ਅਤੇ ਇੱਕ ਚੋਰ ਘਰ ਦੇ ਅੰਦਰ ਦਾਖਲ ਹੁੰਦਾ ਅਤੇ ਇੱਕ ਗਲੀ ਦੇ ਵਿੱਚ ਖੜਾ ਰਹਿੰਦਾ। ਪਰ ਅਚਾਨਕ ਹੀ ਗਲੀ ਦੇ ਵਿੱਚ ਜਦੋਂ ਹਲਚਲ ਹੁੰਦੀ ਹੈ, ਕਾਰ ਦੀ ਆਵਾਜ਼ ਆਉਂਦੀ ਹੈ ਤਾਂ ਜੋ ਬਾਹਰ ਖੜਾ ਚੋਰ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਗੱਡੀ ਦੇ ਵਿੱਚ ਖੜ੍ਹੇ ਜੋ ਮੁੰਡੇ ਨੇ ਉਹ ਗਲੀ ਦੇ ਵਿੱਚ ਹੀ ਖੜ੍ਹੇ ਰਹਿੰਦੇ ਨੇ, ਫੋਨ ਚਲਾ ਰਹੇ ਹੁੰਦੇ ਨੇ, ਪਰ ਅਚਾਨਕ ਹੀ ਜਦੋਂ ਉਹਨਾਂ ਦੀ ਗਲੀ ਦੇ ਵਿੱਚ ਖੜ੍ਹੇ ਚੋਰ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਉਸਨੂੰ ਉਹ ਕਾਬੂ ਕਰ ਲੈਂਦੇ ਨੇ। ਪਰ ਹੈਰਾਨੀ ਵਾਲੀ ਗੱਲ ਹੈ ਕਿ ਜੋ ਘਰ ਦੇ ਅੰਦਰ ਵੜਿਆ ਹੋਇਆ ਚੋਰ ਹੈ ਉਹ ਕਿੱਥੇ ਗਿਆ, ਹਾਲੇ ਤੱਕ ਉਸਦਾ ਕੁਛ ਵੀ ਪਤਾ ਨਹੀਂ ਚੱਲਿਆ। ਕਿਹਾ ਜਾ ਰਿਹਾ ਕਿ ਉਹ ਮੌਕੇ ਤੋਂ ਫਰਾਰ ਹੋ ਗਿਆ। ਪਰ ਜਿਵੇਂ ਹੀ ਜੋ ਬਾਹਰ ਖੜ੍ਹੇ ਚੋਰ ਦੀ ਕਟਾਈ ਕੀਤੀ ਗਈ ਤਾਂ ਕਲੋਨੀ ਦੇ ਹੋਰ ਵੀ ਲੋਕ ਉੱਠਦੇ ਨੇ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਅਤੇ ਪੁਲਿਸ ਮੌਕੇ ਦੇ ਉੱਤੇ ਆ ਕੇ ਇਸ ਚੋਰ ਨੂੰ ਕਾਬੂ ਕਰ ਲੈਂਦੀ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ।